ਸਾਬਕਾ ਸੈਨਾ ਮੁਖੀ ਜਨਰਲ ਵੀਪੀ ਮਲਿਕ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਕਿਹਾ ਹੈ ਕਿ ਦੇਸ਼ ਪਿਛਲੇ ਕਰੀਬ 30 ਸਾਲਾਂ ਤੋਂ ਅੱਤਵਾਦ ਨੂੰ ਚੱਲ ਰਿਹਾ ਹੈ ਅਤੇ ਪੁਲਵਾਮਾ ਵਿਖੇ CRPF ਦੇ ਕਰੀਬ 40 ਜਵਾਨਾਂ ਦੀ ਸ਼ਹਾਦਤ ਨੇ ਅੱਤਵਾਦ ਤੇ ਆਖਰੀ ਕਿਲ ਦਾ ਕੰਮ ਕੀਤਾ। ਭਾਰਤ ਵੱਲੋਂ 26 ਫਰਵਰੀ ਨੂੰ ਪਾਕਿਸਤਾਨ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਬਹੁਤ ਹੀ ਲਿਮਿਟਿਡ ਸੀ ਅਤੇ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਮੁਮਕਿਨ ਸੀ। ਪਾਕਿਸਤਾਨ ਨੂੰ ਅੱਤਵਾਦ ਦਾ ਕਰਾਰਾ ਜਵਾਬ ਦੇਣ ਲਈ ਭਾਰਤ ਵੱਲੋਂ ਚੁੱਕਿਆ ਗਿਆ ਕਦਮ ਲਾਜ਼ਮੀ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਚੀਨ ਦੌਰੇ ਨੂੰ ਲੈ ਕੇ ਉਹਨਾਂ ਕਿਹਾ ਕਿ ਜੰਗ ਅਤੇ ਕੂਟਨੀਤੀ ਦੋਨੋਂ ਨਾਲ ਚੱਲਦੇ ਹਨ। ਹਾਲਾਂਕਿ ਚਾਹੇ ਭਾਰਤ ਵੱਲੋਂ ਅਰਥ ਵਿਵਸਥਾ ਅਤੇ ਸੈਨਾ ਪਾਕਿਸਤਾਨ ਦੇ ਮੁਕਾਬਲੇ ਮਜ਼ਬੂਤ ਹੈ, ਪਰ ਜੰਗ ਕਿਸੇ ਵੀ ਪੱਖ ਵਿੱਚ ਨਹੀਂ ਹੈ। ਬਾਤ ਇਹ ਹੈ ਕਿ ਅਭੀ ਟੈਰੋਰਿਜ਼ਮ ਹਮਾਰੀ ਕੰਟਰੀ ਮੇ ਪਿਛਲੇ 30 ਸਾਲ ਸੇ ਜ਼ਿਆਦਾ ਚੱਲ ਰਿਹਾ ਹੈ ਔਰ ਆਪਨੇ ਦੇਖਾ ਹੈ ਕਿ ਬਾਰ ਬਾਰ ਬੜੇ ਬੜੇ ਇੰਸੀਡੈਂਟ ਹੋਤੇ ਹੈ ਔਰ ਹਮੇਸ਼ਾ ਹਮ ਲੋਕ ਇਹ ਕਹਿਤੇ ਹੈ ਕਿ ਭਾਈ ਬਹੁਤ ਹੋ ਗਿਆ ਬਹੁਤ ਹੋ ਗਿਆ। ਤੋ ਮੈਂ ਸਮਝਤਾ ਹੂੰ ਕਿ ਇਹ ਜੋ ਪੁਲਵਾਮਾ ਕਾ ਇੰਸੀਡੈਂਟ ਹੈ ਵੋ ਜੋ ਹੁਆ ਔਰ ਜਿਸ ਸਮੇਂ ਇਹ ਹੁਆ ਤੋ ਉਸਮੇ ਜੈਸੇ ਵੋ ਕਹਿਤੇ ਹੈ ਅੰਗਰੇਜ਼ੀ ਮੇਂ ਕਿ ਲਾਸਟ ਸਟ੍ਰਾ ਔਨ ਦ ਕੈਮਲ ਬੈਕ, ਤੋ ਵਹੀ ਹੁਆ ਹੈ ਔਰ ਮੈਂ ਸਮਝਤਾ ਹੂੰ ਕਿ ਪੂਰੇ ਹਮਾਰੇ ਦੇਸ਼ ਕੀ ਔਰ ਦੇਸ਼ ਵਾਸੀਓਂ ਕੀ ਸਬਰ ਕਾ ਅਬ ਅੰਤ ਹੋ ਗਿਆ ਹੈ। ਤੋ ਇਸ ਲਈ ਇੱਕ ਕੁਛ ਕਾਮ ਕਰਨੇ ਕੀ ਜ਼ਰੂਰਤ ਥੀ, ਉਨਕੋ ਕਹਿਣਾ ਕਿ ਭਾਈ ਇਹ ਟੈਰੋਰਿਜ਼ਮ ਹਮ ਨਹੀਂ ਬਰਦਾਸ਼ਤ ਕਰੇਂਗੇ, ਅਗਰ ਆਪ ਲੋਕ ਇਸਕੋ ਕੰਟਰੋਲ ਨਹੀਂ ਕਰਤੇ ਹੋ ਤੋ ਹਮਕੋ ਕੁਛ ਨਾ ਕੁਛ ਕਰਨਾ ਪੜੇਗਾ। ਔਰ ਜੋ ਹਮਨੇ ਸਟ੍ਰਾਈਕ ਕੀ ਹੈ 26 ਤਾਰੀਖ ਕੋ ਸੁਬਹੇ, ਵੋ ਬੜੀ ਕੰਟਰੋਲ ਥੀ ਕੰਟਰੋਲ ਥੀ ਔਰ ਉਸਕੇ ਬੀਚ ਮੇਂ ਹਮਾਰਾ ਨਿਸ਼ਾਨਾ ਟੈਰੋਰਿਸਟ ਕਾ ਕੈਂਪ ਥਾ, ਉਸਕੇ ਬੀਚ ਮੇਂ ਹਮਾਰਾ ਨਿਸ਼ਾਨਾ ਪਾਕਿਸਤਾਨੀ ਮਿਲਟਰੀ ਕਾ ਨਹੀਂ ਥਾ, ਪਾਕਿਸਤਾਨ ਸਿਟੀਜ਼ਨਸ ਕਾ ਨਹੀਂ ਥਾ, ਔਰ ਇੱਕ ਕਿਸਮ ਸੇ ਵੋ ਸੈਲਫ ਡਿਫੈਂਸ ਕੀ ਕਾਰਵਾਈ ਥੀ, ਇੱਕ ਕਿਸਮ ਕੇ ਵੋ ਪ੍ਰੀਐਮਪਟਿਵ ਥੀ, ਕਿਉਂਕਿ ਵੋ ਲੋਕ ਇਹ ਵੀ ਥ੍ਰੈਟ ਕਰ ਰਹੇ ਥੇ ਕਿ ਹਮ ਔਰ ਵੀ ਕਰੇਂਗੇ, ਜੈਸ਼ ਮੁਹੰਮਦ ਨੇ ਯੇ ਵੀ ਕਹਾ ਥਾ ਕਿ ਹਮ ਔਰ ਵੀ ਕਰੇਂਗੇ। ਤੋ ਇਟ ਵਾਜ਼ ਇਨ ਸੈਲਫ ਡਿਫੈਂਸ, ਇਟ ਵਾਜ਼ ਡਨ ਇਨ ਦੈਟ ਮੈਨਰ ਐਂਡ ਦੇਅਰਫੋਰ ਵੀ ਥੋਟ ਇਟ ਵਾਜ਼ ਐਪਰੀਪ੍ਰੀਏਟ, ਆਈ ਫੀਲ ਦੈਟ ਵਾਜ਼ ਦੀ ਰਾਈਟ ਥਿੰਗ ਟੂ ਡੂ ਐਟ ਦੈਟ ਟਾਈਮ। ਨਾ ਉਸਕੇ ਬਾਅਦ ਮੈਂ ਕੁਛ ਨਾ ਕੁਛ ਤੋ ਰਿਐਕਸ਼ਨ ਹੋਣਾ ਥਾ, ਕਿਉਂਕਿ ਇਸਮੇ ਪਾਕਿਸਤਾਨੀ ਫੌਜ ਕਾ ਪਾਕਿਸਤਾਨੀ ਏਅਰਫੋਰਸ ਕਾ ਅਭੀ ਉਨਕਾ ਨਹੀਂ ਉਨਕੀ ਇੱਜ਼ਤ ਕੀ ਬਾਤ ਥੀ, ਉਨਕੀ ਇੱਜ਼ਤ ਕੀ ਬਾਤ ਹੈ, ਤੋ ਉਨ੍ਹੋਂਨੇ ਵੀ ਕੁਛ ਨਾ ਕੁਛ ਕਰਨਾ ਥਾ ਔਰ ਉਸਕੇ ਲੀਏ ਹਮਕੋ ਤਿਆਰ ਰਹਿਣਾ ਹੈ, ਨਾ ਸਿਰਫ ਜੋ ਆਜ ਹੁਆ ਹੈ ਐਸੀ ਹਰਕਤੇ ਔਰ ਵੀ ਹੋ ਸਕਤੀ ਹੈ, ਪਰ ਹਮਕੋ ਯੇ ਵੀ ਤਿਆਰ ਰਹਿਣਾ ਹੈ ਕਿ ਜੋ ਉਨਕੇ ਚਮਚੇ ਹੈ ਜਾਂ ਉਨਕੇ ਯੇ ਜੋ ਪਾਲੇ ਹੋਏ ਟੈਰੋਰਿਸਟ ਆਰਗਨਾਈਜੇਸ਼ਨਸ ਹੈ, ਇਹ ਵੀ ਔਰ ਕਰ ਸਕਤੇ ਹੈ, ਯੇ ਕਰੇਂਗੇ। ਤੋ ਜੋ ਅਭੀ ਸ਼ੁਰੂ ਹੁਆ ਹੈ ਖਾਸ ਕਰ ਟੈਰੋਰਿਸਟ ਕੀ ਜੋ ਐਕਟੀਵਿਟੀ ਹੈ, ਮੁਝੇ ਹੈ ਕਿ ਯੇ ਸ਼ਾਇਦ ਔਰ ਚਲੇਗੀ ਔਰ ਯੇ ਅਭੀ ਏਕ ਸਟ੍ਰਾਈਕ ਕੇ ਬਾਅਦ ਮੇਂ ਹਮਾਰੀ ਸਟ੍ਰਾਈਕ ਕੇ ਬਾਅਦ ਮੇਂ ਖਤਮ ਨਹੀਂ ਹੋਗੀ ਔਰ ਨਾ ਹੀ ਹਮਾਰੀ ਤਰਫ ਸੇ ਯੇ ਆਖਰੀ ਕਾਰਵਾਈ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।